ਕਿੱਥੇ ਤੱਕ ਆ ਬੰਦੇ ਦੀ, ਸਹੀ ਹੈ। ਉਹ ਇੰਨੀ ਗੱਲ ਕਹਿੰਦਾ, ਕਹਿੰਦਾ ਯਾਰ ਕਾਪੀਆਂ ਕਿਉਂ ਕਰਦੇ ਹੋ, ਆ ਜਿਹੜਾ ਦਿਮਾਗ ਹੈ ਨਾ, ਕਹਿੰਦਾ ਇਹਦੇ 'ਚ ਬਹੁਤ ਕੁਛ ਆ, ਇਹਨੂੰ ਯੂਜ਼ ਕਰੋ, ਇਹਨੂੰ ਤੁਸੀਂ ਯੂਜ਼ ਕਰੋਗੇ ਤੁਸੀਂ ਬਹੁਤ ਚੀਜ਼ਾਂ ਆਪ ਕ੍ਰੀਏਟ ਕਰ ਸਕਦੇ, ਆਪਦਾ ਮਾਈਂਡ ਕ੍ਰੀਏਟਿਵ ਬਣਾਓ, ਸਹੀ ਆ। ਉਹ ਗੱਲ ਸੱਚ ਆ ਜਦੋਂ ਉਹਨੇ ਕਹੀ, ਕਹਿੰਦਾ ਮੈਂ ਗਾਣਾ ਕੱਢਿਆ। ਵੈਲਕਮ ਬੈਕ ਗਾਇਸ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਤੇ, ਜਿਹਦਾ ਨਾਮ ਆ ਰਿਐਕਟ ਹਬ। ਮੈਂ ਤੁਹਾਡਾ ਆਪਣਾ ਅਮਨਦੀਪ, ਮੈਂ ਤੁਹਾਡਾ ਆਪਣਾ ਜਸਮੀਤ। ਉਹ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ, ਜਿਹੜਾ ਜੂਦਾ ਤੇਰਾ ਯਾਰ। ਗੈਸ ਹੂ ਇਜ਼ ਬੈਕ। ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ, ਕੈਮ ਹੋਵੋਗੇ, ਰਿਐਕਸ਼ਨ ਇੰਜੋਏ ਕਰਦੇ ਹੋਵੋਗੇ, ਕਰ ਰਹੇ ਹੋ ਕਿ ਨਹੀਂ ਕਮੈਂਟ ਹੈ ਜ਼ਰੂਰ ਦੱਸੋ, ਸਹੀ ਆ। ਤੇ ਜਾ ਕੇ ਦੂਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਜਿਹਦਾ ਨਾਮ ਆ ਵਲੌਗਸ ਪਲੈਨਟ, ਸਹੀ ਆ। ਤੁਹਾਡਾ ਆਪਣਾ ਹੀ ਚੈਨਲ ਆ ਉਹ ਵੀ, ਜਿੱਦਾਂ ਇਹ ਆਪਣਾ ਵਾ, ਸਹੀ ਆ। ਤੇ ਜਾ ਕੇ ਕਮੈਂਟ ਜ਼ਰੂਰ ਕਰਿਓ, ਸਿਰਫ ਇੱਕੋ ਕਮੈਂਟ, ਉਸ ਤੋਂ ਬਿਨਾਂ ਕੋਈ ਕਮੈਂਟ ਨਾ ਕਰਿਓ, ਨਾ ਆਪਾਂ ਨੂੰ ਇਹ ਭੁੱਖਾ ਆਹ ਕਮੈਂਟ ਕਰੋ ਉਹ ਕਰੋ, ਇੱਕੋ ਕਮੈਂਟ ਕਰਿਓ ਜਸਟਿਸ ਫੋਰ ਸਿੱਧੂ ਮੂਸੇਵਾਲਾ, ਸਹੀ ਆ। ਤੇ ਤੁਹਾਨੂੰ ਜਿਵੇਂ ਪਤਾ ਹੀ ਆ ਕਿ ਆਪਾਂ ਉਹ ਨਹੀਂ ਹੈਗੇ ਜਾਂ ਉਹਨਾਂ ਦੇ ਵਿੱਚੋਂ ਨਹੀਂ ਹੈਗੇ ਕਿ ਜਿਹੜਾ ਫੇਵਰ ਦੇ ਵਿੱਚ ਕਮੈਂਟ ਆ ਉਹਦਾ ਹੀ ਰਿਪਲਾਈ ਕਰਦੇ ਹਾਂ, ਕਿ ਵੱਡਾ ਕਮੈਂਟ ਕਿਹੜਾ ਆ ਗਿਆ ਬਾਈ ਤੁਸੀਂ ਸਿਰਾ ਲਾਉਂਦੇ ਹੋ ਬਾਈ, ਹਨਾ ਉਹ ਵੀ ਉਹੀ ਲਾਈਕ ਕਰਨਾ ਤੇ ਉਹਦਾ ਹੀ ਰਿਪਲਾਈ ਦੇਣਾ, ਇੱਕ ਮਤਲਬ ਇਹ ਚੀਜ਼ ਦਿਖਾਉਣ ਲਈ ਕਿ ਬਾਕੀ ਵੀ ਦੇਖਣ ਯਾਰ ਇਹਦਾ ਰਿਪਲਾਈ ਮਿਲਿਆ ਵਾ, ਅਸੀਂ ਵੀ ਇੱਦਾਂ ਦਾ ਕਮੈਂਟ ਕਰੀਏ। ਸੋ ਆਪਣੀ ਵੀਡੀਓ ਦੇ ਜਿੱਦਾਂ ਦਾ ਮਰਜ਼ੀ ਕਮੈਂਟ ਕਰੋ, ਹਰ ਇੱਕ ਨੂੰ ਰਿਪਲਾਈ ਮਿਲਦਾ ਵਾ ਤਾਂ ਦੇਵਾਂਗੇ। ਸਿਰਫ ਮੇਨ ਚੀਜ਼ ਇਹ ਆ ਕਿ ਹੈਸ਼ਟੈਗ ਫੋਰ ਜਸਟਿਸ ਫੋਰ ਸਿੱਧੂ ਮੂਸੇਵਾਲਾ ਜਿਹੜਾ ਕਮੈਂਟ ਆ ਇਹ ਕਰੋਗੇ, ਇਹਦੇ ਨਾਲ ਤੁਹਾਡੀ ਵੀ ਇੱਕ ਹੈਬਿਟ ਬਣ ਜੂਗੀ, ਸਹੀ ਆ। ਸਾਡੀ ਤਾਂ ਬਣੀ ਹੋਈ ਆ ਤੇ ਬਾਕੀ ਕਾਪੀ ਵੀ ਨੀ ਕਹਿ ਸਕਦੇ, ਉਹ ਤਾਂ ਕਾਪੀ ਵੀ ਇੰਨੀ ਉਹ ਯਾਰ ਉਹ ਤਾਂ ਕਾਪੀ ਵੀ ਨਹੀਂ, ਸੀਰੀਅਸਲੀ ਛੱਡੋ। ਇਹ ਗਾਣਾ ਗਾਇਆ ਵਨ ਐਂਡ ਓਨਲੀ ਲੈਜੈਂਡ, ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ, ਸਹੀ ਆ ਕਿ ਨਹੀਂ। ਤੇ ਇਹਦੇ ਵਿੱਚ ਆ ਮੋਰਸੀ ਨਾ ਨਾ ਸਟੀਲ ਬੈਂਗਲ ਆ ਕੈਡਾ, ਤੇ ਇੱਕ ਦੋ ਜਣੇ ਹੋਰ ਸੀਗੇ ਮੋਰਸੀ, ਪੰਜ ਛੇ ਸੀਗੇ। ਹਾਂ ਮੋਰਸੀ ਸੀ, ਕੈਡ ਸੀ, ਸਟੀਲ ਬੈਂਗਲ ਸੀ, ਸਿੱਧੂ ਬਾਈ ਆਪ ਆ, ਬਾਕੀ ਤੁਸੀਂ ਵੀ ਦੇਖੋ ਯਾਰ, ਕਰੋ ਹਨਾ ਇੰਜੋਏ ਰਿਐਕਸ਼ਨ ਨੂੰ ਦੇਖੇ। ਇੱਕ ਉਹ ਆ ਵੀ ਇੱਕ ਸਟੇਟਸ ਆ ਦੇਖਿਆ ਸੀ ਉਹਨੇ, ਕਹਿੰਦਾ ਲੈ ਜੇ ਮੈਂ ਕੁਛ ਇੱਦਾਂ ਸਟੇਟਸ ਸੀਗਾ, ਮੈਂ ਹੁਣੇ ਬੋਲ ਕੇ ਦੱਸਦਾ ਤੁਹਾਨੂੰ ਇੱਕ ਚੀਜ਼, ਕਹਿੰਦਾ ਲੈ ਜੇ ਮੈਂ ਬਦਤਮੀਜ਼ੀ ਔਰ ਚਿਹਰੇ ਪਰ ਨਕਾਬ ਲੇਕਰ ਫਿਰਤੇ ਹੈ, ਜਿਨ ਕੇ ਖੁਦ ਖਾਤੇ ਖਰਾਬ ਹੈ ਵੋ ਹਮਾਰਾ ਹਿਸਾਬ ਲੇਕਰ ਫਿਰਤੇ ਹੈ, ਸਹੀ ਆ। ਸੋ ਇਸ ਚੀਜ਼ ਦਾ ਮਤਲਬ ਇਹ ਆ, ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ, ਸਹੀ ਆ। ਇਹ ਗੱਲ ਬਾਈ ਵੀ ਕਿਹੜੇ ਕਿਹੜੇ ਫਾਇਦੇ ਕਿਹਨੇ ਕਿਹਨੇ ਕਿਹਦੇ ਨਾਂ ਤੇ ਚੱਕੇ ਆ ਤੇ ਕੌਣ ਚੱਕ ਰਿਹਾ ਹਜੇ ਵੀ, ਸਹੀ ਆ। ਸੋ ਕਿਸੇ ਨੂੰ ਕਮੈਂਟਾਂ ਦੇ ਵਿੱਚ ਇਹ ਜਾ ਕੇ ਕਹਿ ਦੇਣਾ ਕਿ ਜੀ ਜਿਹੜੇ ਉਹ ਚੈਨਲ ਵਾਲੇ ਆ ਉਹ ਕਿਹੜਾ ਨਹੀਂ ਸਿੱਧੂ ਦਾ ਨਾਮ ਯੂਜ਼ ਕਰਦੇ, ਅਸੀਂ ਕਰਦੇ ਆ ਬਾਈ, ਅਸੀਂ ਕਹਿੰਦੇ ਆ ਜਿਹੜਾ ਸਾਡਾ ਚੈਨਲ ਬਣਿਆ ਸਿੱਧੂ ਮੂਸੇ ਵਾਲੇ ਕਰਕੇ ਬਣਿਆ, ਸਿੱਧੂ ਬਾਈ ਕਰਕੇ ਬਣਿਆ, ਸਹੀ ਆ। ਲਾ ਯਾ ਕਿਸੇ ਨੇ ਬੋਲਣਾ ਤਾਂ ਕੀ ਆ, ਕਿਸੇ ਨੇ ਕੋਈ ਲਾ ਲਓ ਕੁਛ ਆ ਜਾਵੇ ਯੂਟਿਊਬ ਵੱਲੋਂ ਜਾਂ ਕਿਤੋਂ ਆ ਜਾਵੇ, ਮਿੰਟ 'ਚ ਚੱਕ ਕੇ ਠੋਕ ਦਿੰਦੇ ਹੋ ਪਿੱਛੇ, ਸਹੀ ਆ। ਐਡੀ ਕੁ ਫੋਟੋ ਜਸਟਿਸ ਦੀ ਲਿਖਾ ਕੇ ਠੀਕ ਆ ਇੱਕ ਬਣਵਾ ਕੇ ਫਰੇਮ 'ਚ ਉਹ ਲਾ ਲਓ, ਨਹੀਂ ਤੁਹਾਨੂੰ ਬੋਲਣਾ ਔਖਾ ਲੱਗਦਾ, ਟਾਈਪ ਕਰਨਾ ਔਖਾ ਲੱਗਦਾ, ਤਾਂ ਇੱਕ ਪੱਕਾ ਤੁਸੀਂ ਲਗਾ ਲਓ ਪਿੱਛੇ। ਇੱਕ ਪਾਸੇ ਕਹਿੰਦੇ ਆ ਪੰਜਾਬੀ ਪੰਜਾਬੀ ਲੱਤਾਂ ਖਿੱਚ ਰਿਹਾ, ਬਿਲਕੁਲ ਜੀ, ਅਤੇ ਸਾਨੂੰ ਲਿੰਦ ਕੇ ਇਹ ਵੀ ਲੱਤ ਖਿੱਚਣ ਵਾਲੇ ਕੰਮ ਓਏ ਯਾਰ, ਤਾਂ ਹੀ ਤਾਂ ਇਹ ਜਿਹੜਾ ਸਟੇਟਸ ਜਿਹਾ ਬੜਾ ਘੈਂਟ ਲੱਗਿਆ, ਮੈਂ ਤਾਂ ਹੀ ਬੋਲਿਆ ਨਾ ਕਿ ਜਿਨ੍ਹਾਂ ਦੇ ਖੁਦ ਖਾਤੇ ਖਰਾਬ ਉਹ ਸਾਡਾ ਹਿਸਾਬ ਚੱਕੀ ਪਏ ਹੈ ਨਾ, ਸਾਡਾ ਹਿਸਾਬ ਚੱਕੀ ਫਿਰਦੇ। ਕਹਿੰਦਾ ਇੱਕ ਹੋਰ ਬੜਾ ਘੈਂਟ ਸੀ ਯਾਰ, ਉਹ ਵੀ ਸੁਣਾਉਂਦਾ ਮੈਂ ਤੁਹਾਨੂੰ, ਸ਼ਹਿਰੋ ਸ਼ਹਿਰੀ ਆ ਤਾਂ ਬੜਾ ਬੰਬ ਸੀ ਉਹ ਵੀ, ਕਹਿੰਦਾ ਸਾਰੇ ਲੱਭਣ ਦੀ ਆਦਤ ਨਹੀਂ, ਇਕੱਲੇ ਇਕੱਲੇ ਹੀ ਮਹਿਫਲਾਂ ਦੇ ਬਰਾਬਰ ਹਾਂ, ਸਹੀ ਆ। ਬਹੁਤਾ ਉੱਚੇ ਆਉਣ ਲਈ ਕਦੇ ਕਿਸੇ ਦੇ ਥੱਲੇ ਨਹੀਂ ਲੱਗੇ, ਸਹੀ ਆ। ਸੋ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ, ਇਹ ਤਾਂ ਐਂ ਚੱਲੂ, ਇੱਦਾਂ ਹੀ ਚੱਲੂ। ਅਤੇ ਨਾਲੇ ਮੇਨ ਗੱਲ ਯਾਰ, ਸਾਨੂੰ ਜਿਹੜੇ ਕਹਿੰਦੇ ਫਿਰਦੇ ਆ ਨਾ ਕਿ ਸਿੱਧੂ ਬਾਈ ਦਾ ਨੇਮ ਯੂਜ਼ ਕਰਦੇ ਆ ਜਾਂ ਕੁਛ ਵੀ ਜੇ ਵੋ, ਜਾ ਕੇ ਵੈਸੇ ਤਾਂ ਚੈਨਲ ਦੇਖ ਹੀ ਲਿਆ ਹੁਣ, ਤਾਂ ਹੀ ਇਹ ਗੱਲ ਕਹੀ ਆ, ਉਹ ਇਹ ਤਾਂ ਪਹਿਲਾਂ ਵੀ ਦੇਖੇ ਨਾ, ਵੀ ਜਾ ਕੇ ਵੀਡੀਓ ਚੈੱਕ ਕਰਿਓ ਭਰਾਓ ਕਿ ਕਦੋਂ ਦੀਆਂ ਕਰਦੇ ਪਏ ਆ ਵੀਡੀਓ, ਕਦੋਂ ਦੀਆਂ ਨਹੀਂ। ਕੱਲ੍ਹ ਇੱਕ ਭੈਣ ਨੇ ਪੋਸਟ ਉੱਤੇ ਕਮੈਂਟ ਕੀਤਾ ਸੀਗਾ, ਕਮਿਊਨਿਟੀ 'ਚ ਪਾਈ ਹੋਈ ਸੀ ਕਿ
ਉਹ ਨੈਗੇਟਿਵਿਟੀ ਕਰਦੇ ਹੋ ਤੁਸੀਂ ਫਲਾਨਾ ਕਰਦੇ ਹੋ ਜੇ ਉਹ ਨਾ ਕੁਛ ਹਾਂ ਬਹੁਤ ਵੱਡਾ ਵੀ ਨੈਗੇਟਿਵਿਟੀ ਫੈਲਾ ਰਹੇ ਹੋ ਉਹਨਾਂ ਬਾਰੇ ਬੋਲੋ ਜਿਹੜੇ ਫੇਕ ਚੈਨਲ ਨੇ ਫੇਕ ਵਿਊਜ਼ ਨੇ ਹੋਰ ਚੈਨਲ ਬਹੁਤ ਨੇ ਤੁਸੀਂ ਇਹਦੇ ਬਾਰੇ ਬੋਲਦੇ ਪਏ ਇੱਦਾਂ ਤਾਂ ਮੈਂ ਜੇ ਕਮੈਂਟ ਟਾਈਪ ਹੀ ਕਰ ਰਿਹਾ ਵੀ ਰਿਪਲਾਈ ਦੇਣ ਲਈ ਵੀ ਵਿਦ ਡਿਊ ਟੂ ਰਿਸਪੈਕਟ ਸਿਸਟਰ ਜੇ ਉਹ ਨਾ ਜੋ ਵੀ ਮੈਂ ਟਾਈਪ ਹੀ ਕਰ ਰਿਹਾ ਮੈਂ ਸੈਂਡ ਕੀਤਾ ਉਹ ਸੈਂਡ ਹੀ ਨਹੀਂ ਹੋ ਰਿਹਾ ਐਰਰ ਆਈ ਯਾਰ ਮੈਂ ਕਿਹਾ ਨੈੱਟ ਨਹੀਂ ਚੱਲਦਾ ਮੈਂ ਕਰੀਏ ਮੈਂ ਕਮੈਂਟ ਹੀ ਡਿਲੀਟ ਕਰਤਾ ਯਾਰ ਸੁਣ ਤਾਂ ਜਾਂ ਤਾਂ ਫਿਰ ਸਾਡੀ ਤੁਸੀਂ ਆਪਣੀ ਗੱਲ ਰੱਖਤੀ ਸਾਡੀ ਵੀ ਸੁਣੋ ਅਸੀਂ ਡਿਲੀਟ ਨਹੀਂ ਕਰਦੇ ਕਮੈਂਟ ਅਸੀਂ ਵਿਦ ਡਿਊ ਰਿਸਪੈਕਟ ਅਸੀਂ ਰਿਪਲਾਈ ਕਰਦੇ ਹਰ ਇੱਕ ਨੂੰ ਹਰ ਇੱਕ ਦੀ ਆਪਣੀ ਸੋਚ ਆ ਯਾਰ ਸਹੀ ਆ ਤੁਸੀਂ ਕਿਸ ਐਂਗਲ ਤੋਂ ਦੇਖਿਆ ਗੱਲ ਨੂੰ ਉਹੀ ਗੱਲ ਆ ਗਈ ਹੱਥ ਨੂੰ ਇੱਧਰੋਂ ਦੇਖ ਲਿਆ ਤਾਂ ਜੱਜ ਨਾ ਕਰੋ ਇੱਧਰਲੀ ਸਾਈਡ ਵੀ ਦੇਖੋ ਹੈ ਨਾ ਹਰ ਚੀਜ਼ ਦੇ ਦੋ ਪਹਿਲੂ ਹਾਂ ਸੋ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਬਾਕੀ ਕੰਮ ਨੂੰ ਸਪੋਰਟ ਕਰੋ ਜ਼ਰੂਰ ਇਸ ਗੱਲ ਦੇ ਉੱਤੇ ਗੌਰ ਦਿਓ ਬਾਕੀ ਕੰਮ ਨੂੰ ਸਪੋਰਟ ਕਰੋ ਪਿਆਰ ਦਿਓ ਤਰੱਕੀਆਂ ਕਰੇ ਭਰਾ ਸਾਡਾ ਸਹੀ ਆ ਕੋਈ ਏਟ ਕਰਿਓ ਤੇ ਨਾ ਅਸੀਂ ਕਰਦੇ ਆ ਕੰਮ ਬਹੁਤ ਵਧੀਆ ਅਸੀਂ ਤਾਂ ਸਗੋਂ ਇਹ ਕਹਿੰਦੇ ਆ ਆ ਚੀਜ਼ਾਂ ਦੋ ਅਪਲਾਈ ਕਰਨ ਹੈਸ਼ਟੈਗ ਮੈਂ ਤਾਂ ਲੇਖ ਸੌਂ ਭਰਾ ਅਸੀਂ ਖੁਦ ਸਪੋਰਟ ਕਰ ਰਹੇ ਹਾਂ ਯਾਰ ਅਸੀਂ ਇਹ ਹਜੇ ਵੀ ਕਹਿ ਰਹੇ ਹਾਂ ਕੰਮ ਦੀ ਰਿਸਪੈਕਟ ਕਰਦੇ ਹਾਂ ਬਾਕੀ ਜਿੰਨੇ ਵੀ ਗਾਣੇ ਮਿਹਨਤ ਦੀ ਰਿਸਪੈਕਟ ਆ ਗਾਣਿਆਂ ਨੂੰ ਆਪਣਾ ਪਿਆਰ ਦਿਓ ਜੋ ਵੀ ਰਿਐਕਸ਼ਨ ਦੇ ਰਿਹਾ ਸਭ ਕੁਛ ਕਰੋ ਠੀਕ ਆ ਬਟ ਲੀਕ ਸੌਂਗ ਦੇ ਉੱਤੇ ਅਸੀਂ ਬੋਲਦੇ ਹਾਂ ਤਾਂ ਬੋਲਾਂਗੇ ਸਹੀ ਆ ਇਹਦੇ ਵਿੱਚ ਕੋਈ ਨੈਗੇਟਿਵਿਟੀ ਨਹੀਂ ਫੈਲਾ ਰਹੇ ਹੈਸ਼ਟੈਗ ਦੀ ਗੱਲ ਕਰਦੇ ਪਏ ਇਹਨੂੰ ਨੈਗੇਟਿਵਿਟੀ ਫੈਲਾਉਣਾ ਨਹੀਂ ਕਹਿੰਦੇ ਇਹਨੂੰ ਯੂਨਿਟੀ ਦੀ ਗੱਲ ਕਰਨਾ ਕਹਿੰਦੇ ਆ ਸਹੀ ਆ ਤਾਂ ਬਾਕੀ ਯਾਰ ਛੱਡੋ ਗਾਡ ਡੈਮ ਹੀ ਆ ਸਹੀ ਆ ਵੱਧਦੇ ਆ ਵੀਡੀਓ ਵੱਲ ਸਟੇ ਟਿਊਨ ਕਰਦੀ ਸ਼ੁਰੂ ਲੈਟਸ ਸੀ ਸਿੱਧੂ ਮੂਸੇ ਵਾਲਾ ਦਾ ਲੈਜੈਂਡ ਸੁੱਖ ਸੰਘੇੜਾ I don't give a fuck. Kid. Watching family. Relay off. Morrison. The Moosewala. Kid. Still bangles. Still bangles. You know we legit out here. We gang with that shit. Chota. Yeah. Let's go. Gang. ਘੈਂਟ ਗੱਲਬਾਤ ਯਾਰ ਕਿਹਾ ਉਹਨੇ ਮੇਰੇ ਨਾਲ ਖਾਰ ਖਾਧੀ ਹੁਣ ਬਰਬਾਦ ਸਹੀ ਆ ਤੂੰ ਐ ਸਸਤੀ ਮਸ਼ਹੂਰੀ ਵਾਂਗੂ ਬਸ ਪਾਇਆ ਹੋਇਆ ਗੁੱਚੀ ਤੇਰੇ ਘੈਂਟ ਗੱਲਬਾਤ ਯਾਰ ਹੁਣ ਕਿਹਦਾ ਸਤਾ ਦਿਆ ਨੀ ਸਾਡੀ ਜੁੱਤੀ ਦੇ ਨਾਲ ਆ ਦਿਆ ਨੀ ਸੀਰੀਅਸਲੀ ਕਹਿੰਦਾ ਐਵੇਂ ਹੈਂਡ ਫਰੀ ਚੱਲੂ ਜੱਟ ਜਿਹਨੇ ਸੁਣਨਾ ਉਹ ਸੁਣ ਲਵੇ ਕੋਈ ਚੱਕਰ ਨਹੀਂ ਕਹਿੰਦਾ ਯਾਰ ਇੱਦਾਂ ਹੀ ਚੱਲੂ ਮੈਂ ਠੀਕ ਆ ਜਿਹੜੇ ਕਹਿੰਦੇ ਆ ਕਿ ਇੱਕੋ ਤਰਜ 'ਚ ਗਾਉਂਦਾ ਸੀ ਸੇਮ ਸੇਮ ਫਲੋ ਰੱਖਦਾ ਜਾਂ ਇੱਦਾਂ ਦੀਆਂ ਬੀਟਾਂ ਚੱਲਦੀਆਂ ਕੁਛ ਵੀ ਹੈ ਨਾ ਕਿਉਂਕਿ ਜਿਹੜਾ ਮਾਹੌਲ ਆ ਇੱਕ ਵੇਵ ਆ ਸਿੱਧੂ ਲੈ ਕੇ ਆਇਆ ਹਿਪ ਹੋਪ ਦੇ ਵਿੱਚ ਪੰਜਾਬੀ ਲਿਰਿਕਸ ਆ ਉਹ ਕੋਈ ਹੋਰ ਦੂਜਾ ਬੰਦਾ ਨਹੀਂ ਲੈ ਕੇ ਆਇਆ ਸਹੀ ਆ ਇੱਕ ਟਰੈਂਡ ਸੈਟਰ ਆ ਬੰਦਾ ਸਹੀ ਆ ਬੰਦੇ ਦੇ ਬੋਲ ਜਿਵੇਂ ਕਈ ਆ ਕਿ ਹੁਣ ਗਾਣਾ ਕਰਦੇ ਆ ਸਹੀ ਆ ਟ੍ਰਿਬਿਊਟ ਆ ਗਿਆ ਜਾਂ ਸਿੱਧੂ ਦੇ ਗਾਣੇ ਵਾਂਗੂ ਗਾਣਾ ਆ ਗਿਆ ਜਿਵੇਂ ਯਾਰ ਸਿੱਧੀ ਗੱਲ ਆ ਇੰਦਰਜੀਤ ਨਿੱਕੂ ਦਾ ਗਾਣਾ ਕਹਿੰਦੇ ਪਏ ਆ ਮਿਹਰਬਾਨੀ ਗਾਣਾ ਸਹੀ ਆ ਸੇਮ ਐਜ਼ ਇਟ ਇਜ਼ ਕਾਪੀ ਕੀਤ ਕਰਕੇ ਵੀਡੀਓ ਬਣਾਈ ਹੋਈ ਆ ਉਹ ਸੇਮ ਉੱਦਾਂ ਦੇ ਹੀ ਸ਼ਾਰਟ ਪਾਏ ਹੋਏ ਆ ਸਿੰਕ ਨੇ ਵਿੱਚ ਇੱਕ ਜਿਹੜੀ ਸਿੱਧੂ ਦੀਆਂ ਹੁਣ ਫੋਟੋਜ਼ ਵਾਇਰਲ ਹੁੰਦੀਆਂ ਪਈਆਂ ਸੀ ਪਿੱਛੇ ਜੀ ਸਿਰਫ ਸਪੋਟਲਾਈਟ ਪੈਂਦੀ ਪਈ ਆ ਹੱਥ ਜੋੜ ਕੇ ਸਾਈਡ ਉਹ ਸਿੰਕ ਪਾਏ ਹੋਏ ਸਹੀ ਆ ਰੈੱਡ ਜੋ ਰੈੱਡ ਲਾਈਟ ਵਾਲੇ ਪਾਏ ਘੜੀ ਵਾਲੇ ਸਿੰਕ ਪਾਏ ਹੋਏ ਸਹੀ ਆ ਗੱਡੀਆਂ ਉੱਦਾਂ ਖੜੀਆਂ ਉੱਦਾਂ ਦੇ ਵੀ ਬਾਬੇ ਦੀ ਗੱਲ ਕਰਦਾ ਪਿਆ ਤੇ ਉਹ ਕਹਿੰਦੇ ਗਾਣੇ ਵਿੱਚ ਵੀ ਬਾਬੇ ਦੀ ਟੂਨਾਂ ਪਾਈਆਂ ਨੇ ਕਿ ਆਪ ਕਲਾਕਾਰ ਹੈ ਗਾਣਾ ਸੁਣਾਏ ਮਤਲਬ ਸਮੇਂ ਤੋਂ ਬਾਹਰ ਆ ਚੀਜ਼ਾਂ ਕੁਛ ਕੁ ਤੇ ਕਹਿੰਦੇ ਨਹੀਂ ਬੋਲਣਾ ਚਾਹੁੰਦੇ ਇਸ ਬਾਰੇ ਹਾਂ ਤੇ ਕਹਿੰਦੇ ਪ੍ਰੇਮ ਢਿੱਲੋਂ ਦੇ ਜਿਹੜੇ ਗਾਣਾ ਆਇਆ ਸੀਗਾ ਛੱਬੀ ਛੁੱਬੀ ਕੋਈ ਗਾਣਾ ਆਇਆ
ਉਹਦੇ ਵਿੱਚ ਕਹਿੰਦੇ ਆਹ ਗਾਣੇ ਦੀ ਕਾਪੀ ਆ ਸੇਮ ਐਜ਼ ਇਟ ਇਜ਼, ਮਤਲਬ ਜਿੱਦਾਂ ਪ੍ਰਿਜ਼ਨ ਦੇ ਵਿੱਚ ਆ ਡਰੈਸ ਅਪ ਉਹ ਕੀਤਾ ਹੋਇਆ ਤੇ ਕਾਲਾਬੂਸ ਕੁਛ ਇੱਦਾਂ ਦੇ ਸਿਸਟਮ, ਮਤਲਬ ਯਾਰ ਆਪਣੇ ਆਈਡੀਆ ਦਿਮਾਗ ਇੱਕ ਬੰਦਾ ਵਾ ਠੀਕ ਆ, ਅਸੀਂ ਉਹਨੂੰ ਬਹੁਤ ਸੁਣਦੇ ਹਾਂ, ਉਹ ਬੰਦਾ ਹੈਗਾ ਵਾ ਇਮਰਾਨ ਖਾਨ ਸਹੀ ਆ, ਜਿਹਦਾ ਐਂਪਲੀਫਾਇਰ ਗਾਣਾ ਹੈ, ਉਹ ਬੰਦਾ ਉਹਦੇ ਇੰਟਰਵਿਊ ਚੈੱਕ ਕਰਿਓ ਉਹਦੀ ਸੋਚ ਕਿੱਥੇ ਤੱਕ ਆ ਬੰਦੇ ਦੀ, ਸਹੀ ਆ, ਉਹ ਇੰਨੀ ਗੱਲ ਕਹਿੰਦਾ, ਕਹਿੰਦਾ ਯਾਰ ਕਾਪੀਆਂ ਕਿਉਂ ਕਰਦੇ ਹੋ, ਆਹ ਜਿਹੜਾ ਦਿਮਾਗ ਹੈ ਨਾ ਕਹਿੰਦਾ ਇਹਦੇ 'ਚ ਬਹੁਤ ਕੁਛ ਆ, ਇਹਨੂੰ ਯੂਜ਼ ਕਰੋ, ਇਹਨੂੰ ਤੁਸੀਂ ਯੂਜ਼ ਕਰੋਗੇ ਤੁਸੀਂ ਬਹੁਤ ਚੀਜ਼ਾਂ ਆਪ ਕ੍ਰੀਏਟ ਕਰ ਸਕਦੇ ਹੋ, ਆਪਦਾ ਮਾਈਂਡ ਕ੍ਰੀਏਟਿਵ ਬਣਾਓ, ਸਹੀ ਆ, ਉਹ ਗੱਲ ਸੱਚ ਆ, ਜਦੋਂ ਉਹਨੇ ਕਹੀ ਕਹਿੰਦਾ ਮੈਂ ਗਾਣਾ ਕੱਢਿਆ ਐਂਪਲੀਫਾਇਰ, ਕਹਿੰਦਾ ਉਸ ਤੋਂ ਬਾਅਦ ਚੇਨਾ ਪਾਉਣ ਲੱਗ ਪਈ ਤੂੰ, ਪੁੱਠੀਆਂ ਟੋਪੀਆਂ ਪਾਉਣ ਲੱਗ ਪਈ, ਕਹਿੰਦਾ ਘੜੀਆਂ ਲਾਉਣ ਲੱਗ ਪਈ, ਕਾਲੀ ਐਨਕਾਂ ਲਾਉਣ ਲੱਗ, ਕਹਿੰਦਾ ਹਰ ਕੋਈ ਰੈਪਰ ਬਣ ਗਿਆ, ਸਹੀ ਆ, ਤੇ ਉਹ ਬੰਦੇ ਨੇ ਇਹੀ ਗੱਲ ਕਹੀ ਸੀ, ਕਹਿੰਦਾ ਜਿਹੜਾ ਦਿਮਾਗ ਹੈ ਨਾ ਇਹਦੇ 'ਚ ਬਹੁਤ ਕੁਛ ਆ, ਬਹੁਤ ਤੁਸੀਂ ਆਪ ਕ੍ਰੀਏਟ ਕਰ ਸਕਦੇ ਹੋ, ਕਿਸੇ ਨੂੰ ਕਾਪੀ ਕਰਨ ਦੀ ਲੋੜ ਨਹੀਂ ਆ, ਸਹੀ ਆ, ਸੋ ਇਹ ਪਤਾ ਲੱਗ ਹੀ ਗਿਆ ਹੁਣ ਕਿਹਨੇ ਕਿਹਨੂੰ ਕਾਪੀ ਕੀਤਾ ਸੀਗਾ ਤੇ ਕਿਹਦੀ ਗੱਲ ਹੋ ਰਹੀ ਹੈ ਇੱਥੇ, ਸਹੀ ਆ, ਪਰ ਇੱਕ ਗੱਲ ਆ, ਇੱਕ ਹੁੰਦਾ ਨਾ ਓਰੀਜਨਲ ਬ੍ਰਾਂਡ ਦਾ ਮਾਰਕ ਆ, ਉਹ ਓਰੀਜਨਲ ਰਹੂਗਾ ਯਾਰ, ਓਰੀਜਨਲ ਹੀ ਰਹੂਗਾ, ਸਵਾਦ ਵੀ ਮਿਲਾ ਦੇਣਗੇ ਨਾ, ਰੰਗ ਵੀ ਮਿਲਾ ਦੇਣਗੇ, ਪਰ ਜਿਹੜਾ ਓਰੀਜਨਲ ਮਾਰਕ ਆ ਓਰੀਜਨਲ ਹੀ ਰਹਿਣਾ, ਓਰੀਜਨਲ ਹੀ ਰਹਿਣਾ, ਹੁਣ ਵਿਜ਼ੂਅਲਸ ਤੇ ਸਿੱਧੂ, ਮਿਊਜ਼ਿਕ ਡਾਇਰੈਕਟਰ ਸਿੱਧੂ, ਵੀਡੀਓ ਸਿੱਧੂ, ਰੈਫਰੈਂਸ ਸਿੱਧੂ, ਹਰ ਇੱਕ ਯਾਰ ਹਰ ਇੱਕ ਵੀਡੀਓ ਵਿੱਚ ਹੀ ਲਾ ਲਓ, ਇੱਕ ਗਾਣਾ ਚੱਲਦਾ ਬਈ ਰੀਅਲ ਜੀ ਆ ਗਈ ਮੁਰੇ ਦੇਖ ਦੇ ਬਈ, ਕਈ ਹੁਣ ਬੈਪਨ ਨੂੰ ਹਨਾ ਏਦਾਂ ਦੇ ਨਾਮ ਦੇਣ ਲੱਗ ਗਏ, ਮੌਤ ਕਾਲ ਏਦਾਂ ਦਾ, ਅਸਾਂ ਜਿਹਨੇ ਸ਼ੁਰੂ ਕੀਤਾ ਮਾਲਕ ਤਾਂ ਉਹੀ ਆ, ਉਹੀ ਰਹਿਣਾ ਵਾ, ਹੁਣ ਆਪਾਂ ਦੇਖਦੇ ਹਾਂ ਮਾਰਕੀਟ ਦੇ ਵਿੱਚ, ਸਹੀ ਆ, ਕਈ ਟੀ ਸ਼ਰਟਾਂ ਐਡੀਡਾਸ ਦੇ ਸੇਮ ਲੋਗੋ ਸੇਮ ਲੋਗੋ ਪਾਓ 350-400 ਦੀ ਮਿਲ ਜਾਂਦੀ, ਉਹੀ ਸੇਮ ਸਟੋਰ ਦੇ ਵਿੱਚ ਪਈ ਹੁੰਦੀ ਆ 7-8 ਹਜ਼ਾਰ ਦੀ, ਲੋਗੋ ਦਾ ਜਿਹੜਾ ਵਾ ਰੀਜਨਲ ਆ, ਉਹ ਤਾਂ ਜਿਹਨੇ ਰੀਜਨਲ ਪਾਉਣਾ ਨਾ ਉਹ ਸਟੱਫ ਦੇਖ ਕੇ ਹੀ ਉਹਨੇ ਦੇਖ ਲੈਣਾ ਕਿ ਆਹ ਚੀਜ਼ ਆ ਇਹ ਰੀਜਨਲ ਹੀ ਪਾਉਣੀ ਆ, ਮੈਂ ਦੂਜੀ ਨਹੀਂ ਪਾਉਣੀ, ਉਹਨੂੰ ਫਿੱਟ ਹੀ ਨਹੀਂ ਆਉਣੀ ਪ੍ਰੋਪਰ, ਹੈ ਨਾ, ਜਿਹਦੀ ਇੱਕ ਆਦਤ ਹੀ ਬਣ ਗਈ ਆ, ਹੁਣ ਜਿਹਦੀ ਆਦਤ ਬਣ ਗਈ ਆ ਸਿੱਧੂ ਸੁਣਨ ਦੀ, ਸਹੀ ਆ, ਉਹ ਚਾਹੇ ਸਿੱਧੂ ਦੇ ਪੂਰੇ ਗਾਣੇ ਚੱਕ ਕੇ ਗਾ ਦੇਣ ਆਪਣੀ ਆਵਾਜ਼ 'ਚ ਸੇਮ ਐਜ਼ ਇਟ ਇਜ਼ ਵੀਡੀਓ ਬਣਾ ਦੇਣ, ਨਹੀਂ ਸੁਣਨਾ ਕਿਸੇ ਨੇ ਯਾਰ, ਤੂੰ ਇੱਕ ਗੱਲ ਦੱਸ ਦੇ ਏ ਪੀ ਵਰਡ ਕਦੇ ਸੁਣਿਆ ਸੀ, ਓਏ ਟ੍ਰੈਂਡ ਸੈਟਰ ਤਾਂ ਹੀ ਕਿਹਾ ਨਾ ਮੈਂ, ਤਾਂ ਹੀ ਕਿਹਾ ਟ੍ਰੈਂਡ ਸੈਟਰ, ਠੀਕ ਆ, ਵਿਜ਼ੂਅਲ ਕਦੇ ਦੇਖੇ ਸੀ, ਮੈਂ ਨਹੀਂ ਦੇਖੇ ਸੀਰੀਅਸਲੀ, ਮੈਂ ਨਹੀਂ ਦੇਖੇ ਸਿੱਧੂ, ਸਿੱਧੂ ਯਾਸਤਾਰ, ਆਹ ਪੰਜ ਡਾਇਰੈਕਟਰ ਮਿਊਜ਼ਿਕ ਡਾਇਰੈਕਟਰ ਮੈਂ ਅੱਜ ਤੱਕ ਇਦਾਂ ਹੀ ਚੀਜ਼ ਕਦੇ ਸੁਣੀ ਕਿ ਦੇਖੀ ਵੀ ਨਹੀਂ, ਦੇਖ ਰਿਹਾ ਮੋਰਸਨ ਆ ਗਿਆ, ਉੱਠਦੇ ਨੂੰ ਵਿਸ਼ ਕਰੇ ਆਈ ਡੋਨਟ ਗਿਵ ਅ ਫੋਰ, ਬੜਾ ਬਿਚ ਐਸ ਬੋਏ ਆਈ ਡੋਨਟ ਗਿਵ ਅ ਫੋਰ, ਮੈਂ ਨੂੰ ਗਾਣੇ ਅੱਜ ਦੱਸ ਕਰੇ, ਟਰਸਟ ਮੀ, I'm a gangster from England, a couple gangster Indians that made it out of slums like Jamal Malik and made millions. Knee deep in a trap, cut down crops like a jack. I made more money than your dad and I boss more guns than Sanjay Dapp. I got a big coat like I'm Shaq, with an AK sing like Sidon. When the ting goes grrrr, when the braid and bullets don't hit you, and I pulled her ass at the party. Stepped out a brownie Ferrari, and I put on my closest Dodgers. I just cooked out on a Punjabi, all my couriers nice, they look like white ash, bullion rise. Whip that goddy, huh? Hey, yo. ਪਸੰਦ ਮੇਰੇ ਆਈ ਡੋਂਟ ਗਿਵ ਅ ਫੱਕ, ਦੇਖ ਹਾਲੀਵੁੱਡ ਚੱਲਿਆ ਮੈਂ ਆਈ ਡੋਂਟ ਗਿਵ ਅ ਫੱਕ, ਆਓ ਮਨੀ ਆਉਂਦਾ ਟੇਬਲ ਐ ਨਹੀਂ ਆਈ ਡੋਂਟ ਗਿਵ ਅ ਫੱਕ, ਆਓ ਟੱਬਰੂ ਸਟੇਬਲ ਐ ਨਹੀਂ ਆਈ ਡੋਂਟ ਗਿਵ ਅ ਫੱਕ, ਲੋਕ ਲੇਵਲਾਂ ਦਾ ਸਾਈਨ ਹੁੰਦੇ ਆਈ ਡੋਂਟ ਗਿਵ ਅ ਫੱਕ, ਉਹ ਸਿੱਧੂ ਮੂਸੇ ਵਾਲਾ ਲੇਵਲ ਐ ਨਹੀਂ ਆਈ ਡੋਂਟ ਗਿਵ ਅ ਫੱਕ, ਆ ਕੇ ਝੋਟਿਆ ਰਿਸਪੈਕਟ ਕੱਢੇ ਖਤਰਨਾਕ ਕਿਲ ਯਾਰ ਕਿਲ, ਸੁੱਖ ਸੰਘੇੜਾ ਭਾਈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ, ਜੇ ਤੁਹਾਨੂੰ ਮੇਰਾ ਇਹ ਗਾਣਾ ਵਧੀਆ ਲੱਗਿਆ ਤਾਂ ਮੇਕ ਸ਼ੋਰ ਸਬਸਕ੍ਰਾਈਬ ਮਾਈ ਆਫੀਸ਼ੀਅਲ ਯੂਟਿਊਬ ਚੈਨਲ ਸਿੱਧੂ ਮੂਸੇਵਾਲਾ, ਬਿਕੋਜ਼ ਬਹੁਤ ਚੀਜ਼ਾਂ ਨੇ ਜੋ ਹਜੇ ਆਨ ਦਾ ਵੇ ਨੇ, ਸਵਾਦ ਮਤਲਬ ਸੀਰੀਅਸਲੀ ਗਾਣਾ ਰੋਕਣ ਨੂੰ ਦਿਲ ਹੀ ਨਹੀਂ ਕਰਦਾ, ਜਦੋਂ ਬੀਟ ਚੱਲਣ ਲੱਗ ਜਾਂਦੀ ਨਾ ਫਲੋ ਬਣ ਜਾਂਦਾ, ਇੱਕ ਅਲੱਗ ਹੀ ਮਾਹੌਲ ਬਣ ਜਾਂਦਾ ਯਾਰ, ਭਾਈ ਵੱਡੀ ਘੈਂਟ ਘੈਂਟ ਯਾਰ ਘੈਂਟ, ਸੁੱਖ ਸੰਘੇੜਾ ਭਾਈ ਨੂੰ ਯਾਰ ਸੀਰੀਅਸਲੀ ਮੈਂ ਸਲਿਊਟ ਸਲਿਊਟ ਸਲਿਊਟ, ਜਿੰਨੀ ਯਾਰ ਮਰਜ਼ੀ ਕਰੀਏ ਘੱਟ ਆ, ਬੰਦੇ ਦੀ ਇੱਕ ਸੋਚ ਇੱਕ ਕੰਮ ਦੇ ਪ੍ਰਤੀ ਆਪਣਾ ਫੋਕਸ ਏਮ ਸੀਗਾ ਲੋਇਲਟੀ ਕੰਮ ਦੇ ਨਾਲ, ਮਤਲਬ ਦਿਲੋਂ ਕੰਮ ਕਰਨ ਵਾਲਾ ਬੰਦਾ ਯਾਰ,
ਵੀਡੀਓ ਦੀ ਡਿਟੇਲਿੰਗ ਦੇ ਉੱਤੇ ਕੰਮ, ਕੈਮਰਾ ਐਂਗਲ ਸਹੀ ਆ, ਇੱਕ ਇੱਕ ਚੀਜ਼ ਪ੍ਰੋਪਰ ਆ ਕਿ ਇਹ ਨਹੀਂ ਲੱਗਦਾ ਕਿ ਯਾਰ ਆਹ ਗੱਡੀ ਦੀ ਜਾਂ ਆਹ ਸ਼ੋਟ ਦੀ ਤਾਂ ਲੋੜ ਹੀ ਨਹੀਂ ਸੀ, ਇਹ ਸ਼ੋਟ ਇਹਦੇ ਤਾਂ ਮਤਲਬ ਹੀ ਨਹੀਂ ਬਣਦਾ। ਹਰ ਇੱਕ ਚੀਜ਼ ਮੀਨਿੰਗਫੁਲ। ਸਹੀ ਗੱਲ ਆ ਬਾਈ ਦੀ, ਵੀਡੀਓ 'ਚ ਕਦੇ ਵੀ ਕਿਸੇ ਨੇ ਇਹ ਨਹੀਂ ਕਿਹਾ ਹੋਣਾ ਕਿ ਆਹ ਕਮੀ ਹੈਗੀ ਆ। ਮਤਲਬ ਉਹ ਕਹੀ ਜਾਂਦੇ ਨਾ ਕਿ ਵੀਡੀਓ ਕਿ ਆਹ ਮਿਸਟੇਕਾਂ ਲੱਭਦੇ ਹੁੰਦੇ ਜਿਹੜੇ ਯੂਟਿਊਬ ਦੇ, ਉਹਦੇ ਵਿੱਚ ਵੀ ਮਤਲਬ ਜੇ ਕਦੇ ਵੰਸ ਐਂਡ ਵਾਈਲ ਜੇ ਕਦੇ ਕੋਈ ਫੋਟੋ ਆ ਜਾਵੇ ਵੀਡੀਓ ਆ ਜਾਵੇ ਨਾ, ਤਾਂ ਪੂਰੇ ਗਾਣੇ ਵਿੱਚ ਮੈਕਸੀਮਮ ਇੱਕ ਜਾਂ ਦੋ ਗਲਤੀਆਂ ਹੁੰਦੀਆਂ, ਮੈਕਸੀਮਮ ਗਲਤੀਆਂ ਵੀ ਨਹੀਂ ਕਹਿ ਸਕਦੇ, ਉਹ ਵੀ ਉਹਨਾਂ ਨੇ ਵਿਸ਼ਵਾਸ ਜਿਹਾ ਪਾਇਆ ਹੁੰਦਾ ਕਿ ਦੇਖੀਏ ਇਹ ਗਲਤੀਆਂ ਕੀ ਹੈ ਜੇ ਦੇਖੀਏ ਨਾ, ਪਰ ਮੈਕਸੀਮਮ ਇੱਕ ਜਾਂ ਦੋ ਹੁੰਦੀਆਂ ਕਿ ਕੈਮਰਾ ਇੱਧਰ ਚੱਲ ਰਿਹਾ, ਫੇਸ ਉੱਧਰ ਰਹਿ ਗਿਆ, ਜਾਂ ਕੁਛ ਲਿਪਸਿੰਗ 'ਚ ਫਰਕ ਰਹਿ ਗਿਆ, ਬਸ ਇੰਨਾ ਕੁ। ਯਾਰ ਕਈ ਵਾਰ ਮੂਹਰੋਂ ਸਿੰਕ ਚੱਲ ਰਿਹਾ ਨਾ, ਮੂਹਰੇ ਆਪਾਂ ਤੁਰਿਆ ਨੇ, ਪਿੱਛੋਂ ਕੋਈ ਬੰਦਾ ਲੰਘ ਜੇ, ਉਹ ਗਲਤੀ ਤੇ ਹੁੰਦਾ। ਉਹੀ ਹੈ ਨਾ, ਮਤਲਬ ਯਾਰ ਇੱਕ ਅਲੱਗ ਚੀਜ਼ ਆ। ਸੁੱਖ ਸਿੰਘੜਾ ਭਾਈ ਦਾ ਕੰਮ ਸੀਰੀਅਸਲੀ ਬੈਸਟ ਆ, ਤੇ ਸਿੱਧੂ ਦੇ ਬਾਈ ਦੀ ਜਿਹੜੀ ਬੌਂਡਿੰਗ ਬਣ ਗਈ ਸੀ ਨਾ, ਉਹ ਇੱਕ ਨੈਕਸਟ ਲੈਵਲ ਪਿਆਰ ਬਣ ਗਿਆ ਸੀਗਾ, ਕਿਉਂਕਿ ਦੋਨੇ ਦਿਲ ਦੇ ਸਾਫ ਬੰਦੇ ਆ। ਵਾਕਈ ਇਹਨਾਂ ਨੂੰ ਕੰਮ ਦੀ ਰਿਸਪੈਕਟ ਕਰਨੀ ਆਉਂਦੀ ਹੈ ਸੀ, ਇਹਨਾਂ ਨੂੰ ਕੰਮ ਨਾ ਕਾਪੀ ਨਹੀਂ ਕਰਨਾ ਆਉਂਦਾ ਕਿ ਕਿਸੇ ਦੀ ਰੀਸ ਕਰਕੇ ਅਸੀਂ ਅੱਗੇ ਆਈਏ ਜਾਂ ਕੁਛ ਕਰੀਏ, ਉਹ ਚੀਜ਼ਾਂ ਨਹੀਂ ਆਉਂਦੀਆਂ। ਝੋਟਾ ਲਿਰਿਕਸ ਕ੍ਰੀਏਟ ਕਰਦਾ ਹੀ, ਕ੍ਰੀਏਟੀਵਿਟੀ ਦਿਖਾਉਂਦਾ ਹੀ। ਸੁੱਖ ਸੰਘੇੜਾ ਵੀਡੀਓ ਚ ਕੋਈ ਵੀਡੀਓ ਯਾਰ, ਇੱਕ ਵੀਡੀਓ ਬਣਾਉਣੀ ਸੁੱਖ ਸੰਘੇੜੇ ਭਾਈ ਦੀ, ਵੀਡੀਓ ਲਾਈਕ ਆ ਮੂਵੀ ਟੀਜ਼ਰ ਹੁੰਦਾ ਸੀ, ਸਹੀ ਆ ਕਿ ਵੱਡੀ ਮੂਵੀ ਦਾ ਕੋਈ ਟੀਜ਼ਰ ਆ, ਉਦਾਂ ਦੀ ਵੀਡੀਓ ਬਣਾਉਂਦੇ ਸੀ, ਤੇ ਜਿਵੇਂ ਗਾਣੇ ਤੇ ਮਿਹਨਤ ਲੱਗਦੀ ਆ ਲਿਰਿਕਸ ਲਿਖਣ ਤੇ, ਉਦਾਂ ਹੀ ਵੀਡੀਓ ਦੀ ਸਟੋਰੀ ਕ੍ਰੀਏਟ ਕਰਨ ਤੇ ਵੀ ਪੂਰੀ ਮਿਹਨਤ ਲੱਗਦੀ ਆ। ਸਹੀ ਆ ਬਾਈ ਨੇ ਆਪਣੀ ਕਿਹੀ ਸੁੱਖ ਸੰਘੇੜੇ ਨੇ ਕਹਿੰਦਾ 3 ਮਹੀਨੇ ਜੀ ਇਕੱਠੇ ਰਹੇ ਆ। ਹਾਂ ਬਾਕੀ ਜੋ ਸਿੰਕ ਵਗੈਰਾ ਲੈਣੇ ਹੁੰਦੇ ਉਹ ਹੁੰਦੇ ਆ, ਠੀਕ ਉਹ ਚੀਜ਼ਾਂ ਹੁੰਦੀਆਂ, ਪਰ ਲੇਕਿਨ ਜਿਹੜੀ ਗਾਣੇ ਦਾ ਮਤਲਬ ਆ, ਇਹ ਗਾਣਾ ਕਰਨ ਦਾ ਰੀਜ਼ਨ ਇਹ ਸੀਗਾ ਕਿ ਕਾਪੀਆਂ ਨਾ ਕਰੋ, ਆ ਦਿਮਾਗ ਦੇ ਵਿੱਚ ਬਹੁਤ ਕੁਛ ਆ, ਆਪ ਬਣਾਓ, ਤਿਆਰ ਕਰੋ, ਕਰੋ ਉਸ ਚੀਜ਼ ਨੂੰ, ਤੁਸੀਂ ਆਪ ਦੇਖੋਗੇ ਕਿ ਲੋਕੀ ਕਿੰਨਾ ਪਿਆਰ ਦੇਣਗੇ। ਸਹੀ ਆ, ਉਹਦਾ ਸਵਾਦ ਓਬਵੀਅਸਲੀ ਵੱਧ ਆਊਗਾ। ਸੀਰੀਅਸਲੀ ਬਾਈ ਜੀ, ਸੀਰੀਅਸਲੀ ਕਹਿੰਦੇ ਆ, ਸੀਰੀਅਸਲੀ 10K ਸਬਸਕ੍ਰਾਈਬਰ ਹੋ ਗਏ ਸਾਰੇ ਭੈਣ ਭਰਾਵਾਂ ਨੂੰ ਦਿਲੋਂ ਪਿਆਰ ਸਤਿਕਾਰ ਆ। ਸੀਰੀਅਸਲੀ ਹਜੇ ਤੱਕ ਬਾਈ ਅਸੀਂ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਇੱਕ ਵਾਰ ਵੀ ਆਪਣਾ ਚੈਨਲ ਨਹੀਂ ਪ੍ਰਮੋਟ ਕੀਤਾ ਕਿ ਰਿਐਕਟ ਹੱਬ, ਜਾਂ ਅਸੀਂ ਆਪਣੇ ਕਿਸੇ ਫਰੈਂਡ ਤੋਂ ਤੱਕ ਨਹੀਂ ਸ਼ੇਅਰ ਕਰਵਾਇਆ ਕਿ ਬਾਈ ਸਾਡਾ ਯੂਟਿਊਬ 'ਤੇ ਚੈਨਲ ਆ, ਜਾ ਕੇ ਪਲੀਜ਼ ਸ਼ੇਅਰ ਕਰਦੇ, ਠੀਕ ਆ, ਸਾਨੂੰ ਵੀ ਭੇਜਾਂ ਵਾਲੇ ਜਾਣਦੇ ਆ, ਸਾਡੇ ਵੀ ਫਰੈਂਡ ਆ ਜਿਨ੍ਹਾਂ ਦੇ ਵਧੀਆ ਸਬਸਕ੍ਰਾਈਬਰ ਫੋਲੋਅਰਸ ਨੇ, ਸਹੀ ਆ, ਲੇਕਿਨ ਨਹੀਂ, ਸਹੀ ਆ, ਆਪਾਂ ਆਪਦਾ ਸਵਾਦ ਆ ਰਿਹਾ, ਇੱਕ ਅਲੱਗ ਮਜ਼ਾ ਬਾਈ ਯਾਰ, ਆਪ ਸ਼ੁਰੂ ਕੀਤਾ ਨਾ ਆਪਦੀ ਮਿਹਨਤ, ਬਿਨਾਂ ਸ਼ੇਅਰ, ਬਿਨਾਂ ਕਲੈਬਾਂ ਕਰਕੇ, ਸਹੀ ਆ, ਤੁਸੀਂ ਤਾਂ ਦੂਜੇ ਚੈਨਲ ਵਾਲਿਆਂ ਦਾ ਕਲੈਬਾਂ ਕਰਕੇ ਪਾ ਦਿੰਦੇ ਹੋ, ਅਗਲਾ ਕਲੈਬ ਕਰਕੇ ਹਾਂ ਪਾ ਦਿੰਦਾ ਤੇ ਵਿਊ ਆ ਜਾਂਦੇ ਆ, ਸਬਸਕ੍ਰਾਈਬਰ ਜੁੜ ਜਾਂਦੇ, ਉਹਦਾ ਕੀ ਸਵਾਦ ਆ ਯਾਰ, ਹੈ ਨਾ, ਉਹਦਾ ਕੋਈ ਸਵਾਦ ਨਹੀਂ। ਇਹ ਨਾ ਸੋਚੀ ਕਹਿਣਾ ਕਿ ਪਤਾ ਨਹੀਂ ਕਲੈਬ ਵਾਲਾ ਸੀਨ ਹੀ ਹੈ ਨਹੀਂ ਬਾਈ, ਮਰੀ ਜ਼ਮੀਰ ਹੁੰਦੀ ਕਰ ਸਕਦਾ, ਵਾਧੂ ਆ ਵਾਧੂ ਆ, ਠੀਕ ਆ, ਅਸੀਂ ਉਂਗਲੀਆਂ ਸਾਡੇ ਟਿਪਸ ਦੇ ਉੱਤੇ ਨਾਮ ਆ ਵੀ ਅਸੀਂ ਕਿਹੜੇ ਕਿਹੜੇ ਬੰਦੇ ਕਹਿ ਸਕਦੇ ਜਿਨ੍ਹਾਂ ਦੇ ਵਧੀਆ ਚੈਨਲ ਇੱਕਦਮ ਪੂਰੇ ਸਟੇਬਲ ਨੇ, ਵਧੀਆ ਚੈਨਲ ਚੱਲਦੇ ਪਏ, ਜਿਨ੍ਹਾਂ ਦੇ 2-3 ਲੱਖ ਫੋਲੋਅਰ ਸਬਸਕ੍ਰਾਈਬਰ ਨੇ, ਵਧੀਆ ਬੈਸਟ, ਸਹੀ, ਅਸੀਂ ਕਰਨ ਨੂੰ ਇੱਕ ਵਾਰ ਕਹੀਏ ਨਾ ਕਿ ਭਰਾ ਕਰਨਾ, ਇੱਕ ਮਿੰਟ 'ਚ ਰੈਡੀ ਹੋ ਜਾਏ, ਇੰਨੀ ਇੱਜ਼ਤ ਕਮਾਈ ਹੋਈ ਆ, ਠੀਕ ਆ, ਬਟ ਨਹੀਂ, ਜੇ ਉਹਨਾਂ ਨੂੰ ਅਸੀਂ ਕਹਿ ਤਾ ਉਹਨਾਂ ਨੇ ਮਨਾ ਕਰਨਾ ਨਹੀਂ, ਠੀਕ ਆ, ਬਟ ਸਾਨੂੰ ਨਹੀਂ ਸਵਾਦ ਆਉਣਾ, ਠੀਕ ਆ, ਵੀ ਯਾਰ ਪਤਾ ਨਹੀਂ ਕੰਮ ਕੀਤਾ, ਇਹ ਵਿਊ ਕਾਹਦੇ ਲਈ ਆਏ ਆ, ਮਤਲਬ ਕਲੈਬ ਕਰਕੇ ਆਏ ਆ ਵੀ ਜਾਂ ਉੱਦਾਂ ਆ ਗਏ, ਹੈ ਨਾ, ਬਟ ਜਿਹੜੀ ਹੁਣ ਚੀਜ਼ਾਂ ਵਾ, ਚਾਹੇ 1K ਵਿਊ ਆਉਂਦੇ ਪਏ ਆ, ਠੀਕ ਆ, ਚਾਹੇ 500 ਵਿਊ ਆਵੇ, ਪਰ ਇੱਕ ਸਵਾਦ ਆ ਲੱਗ ਗਈ ਕਿ ਯਾਰ ਆਪਦੀ ਮਿਹਨਤ ਦਾ ਵਾ, ਤਾਂ ਹੀ ਕਹਿੰਦੇ ਕਾਪੀ ਨਾ ਕਰੋ, ਆਪ ਕਰੋ, ਠੀਕ ਆ, ਆਪ ਕ੍ਰੀਏਟ ਕਰੋ ਆਈਡੀਆਜ਼, ਗਾਣੇ ਕ੍ਰੀਏਟ ਕਰੋ, ਜੇ ਆਪ ਲਿਖਦੇ ਹੋ ਤਾਂ ਆਪ ਆਪਣੇ ਆਈਡੀਆਜ਼ ਕ੍ਰੀਏਟ ਕਰਕੇ, ਠੀਕ ਆ, ਲਿਰਿਕਸ ਬਣਾਓ ਘੈਂਟ ਤੋਂ ਘੈਂਟ, ਹਾਂ ਤੁਸੀਂ ਸਿੱਧੂ ਬਾਈ ਦੇ ਲਿਰਿਕਸ ਤੋਂ ਆਈਡੀਆਜ਼ ਲੈ ਸਕਦੇ ਹੋ ਵੀ ਕਿੱਦਾਂ ਦੇ ਬਾਈ ਫਲੋ 'ਚ ਗਾਉਂਦਾ ਸੀ, ਕਿਹੜੀ ਚੀਜ਼ ਬਾਈ ਕਿਵੇਂ ਲਿਖਦਾ ਸੀ, ਹੈ ਨਾ, ਕੀ ਮਾਇੰਡ 'ਚ ਰੱਖਦਾ ਉਹਨਾਂ ਚੀਜ਼ਾਂ, ਉੱਦਾਂ ਦੀਆਂ ਚੀਜ਼ਾਂ ਲੈ ਸਕਦੇ ਹੋ ਕਿ ਬੀਟਾਂ ਹਿਪ ਹੋਪ ਦੇ ਵਿੱਚ ਕਿਵੇਂ ਯੂਜ਼ ਕਰੀਆਂ, ਕਿਉਂਕਿ ਬੀਟ ਤਾਂ ਆਪਾਂ ਬਣਦੀ ਆ, ਕੋਈ ਕਾਪੀ ਸੇਮ ਕਰ ਹੀ ਨਹੀਂ ਸਕਦਾ, ਸਹੀ ਆ, ਬਹੁਤ ਬੰਦਿਆਂ ਨੇ ਕੀਤੀਆਂ ਵੀ ਆ, ਸਹੀ ਆ, ਬਟ ਜਿਵੇਂ ਡੋਂਟ ਲੁੱਕ ਗਾਣੇ ਦੀ ਸੀ ਕਰਨ ਵਾਲੇ ਦੀ, ਕਹਿੰਦੇ ਬੀਟ ਕਾਪੀ ਆ ਚਮਕੀਲੇ ਦੇ ਗਾਣੇ ਨਾਲ ਵੀ ਕੁਛ ਇੱਦਾਂ ਸੀਗੀ, ਹੈ ਨਾ, ਉਹ ਇੱਦਾਂ ਸਮਥਿੰਗ, ਉਹਦੇ ਵਿੱਚ ਕਰਨ ਵਾਲੇ ਦਾ ਵੀ ਕੋਈ ਫੋਲਟ ਨਹੀਂ ਸੀ, ਠੀਕ ਆ, ਦੀਪ ਜੰਡੂ ਦਾ ਵੀ ਕੋਈ ਫੋਲਟ ਨਹੀਂ, ਆ ਇੱਕ ਅਲੱਗ ਚੀਜ਼ ਹੋ ਜਾਂਦੀ, ਠੀਕ ਆ, ਪਰ ਐਂ ਆ ਵੀ ਲੋਕੀ ਫੜ ਲੈਂਦੇ ਆ, ਹਾਂ, ਇਹ ਕਿਤੇ ਉਹ ਨਾ ਉਹ ਕਿ ਵੀ ਅਸੀਂ ਬਣਾ ਦਾਂਗੇ ਵੀ ਇਹ ਤਾਂ ਵੀ 1960 ਦਾ ਗਾਣਾ ਆ, ਕਿਸੇ ਨੂੰ ਕਿਹੜਾ ਪਤਾ ਲੱਗਣਾ, ਐਂ ਫੜ ਲੈਂਦੇ ਆ ਸਾਜੀ, ਐਂ ਪਤਾ ਕੀ ਯਾਰ, ਆਪਦਾ ਕੀਤਾ ਉਹ ਨਾ ਕ੍ਰੀਏਟ, ਤੁਹਾਨੂੰ ਕਈ ਵਾਰ ਕੀ ਹੁੰਦਾ
ਆਪਦੀ ਗ੍ਰੇਡ ਕੀਤੀ ਜੀ ਕਾਪੀ ਨਾਲੋਂ ਦੁੱਗਣੀ ਤਿੱਗਣੀ ਆਪੋ ਉਹੀ ਉਹੀ ਆਬਵੀਅਸਲੀ ਹੋਈ ਸੀ ਜੀ ਸਿੱਧੂ ਭਾਈ ਸੀ ਹਨਾ ਅਲੱਗ ਜੀ ਲੈ ਕੇ ਗਾਉਣ ਦਾ ਤਰੀਕਾ ਜੇ ਬੰਦਾ ਸੋਚਦਾ ਕਿ ਜਿਵੇਂ ਬਾਕੀ ਮਾਹੌਲ ਚੱਲ ਰਿਹਾ ਨਾ ਡਿਊਟੀ ਚੱਲ ਰਿਹਾ ਸਿਰਫ ਜਦ ਤੱਕ ਮੈਂ ਉੱਦਾਂ ਹੀ ਗਾਈ ਜਾਂਦਾ ਬੰਦੇ ਨੇ ਆਪਦੀ ਮਿਹਨਤ ਤੇ ਵਿਸ਼ਵਾਸ ਸੀ ਕੀਤਾ ਤੇ ਉਹ ਅੱਜ ਦੇ ਲੱਗ ਅਗਲੇ ਨੇ ਜਦੋਂ ਗਾਣੇ ਸ਼ੁਰੂ ਕੀਤੇ ਨਾ ਹਿਪ ਹੌਪ 뮤직 ਨਾਲ ਪੰਜਾਬੀ ਲਿਰਿਕਸ ਪੰਜਾਬੀ ਲਿਰਿਕਸ ਦੇ ਵਿੱਚ ਛੋਟੇ ਛੋਟੇ ਵਰਡਸ ਜਿਵੇਂ ਸੋ ਹਾਈ ਗਾਣੇ ਦੇ ਵਿੱਚ ਹਨਾ ਛੋਟੇ ਛੋਟੇ ਵਰਡਸ ਜੀ ਵੈਗਨ ਗਾਣੇ ਦੇ ਵਿੱਚ ਜਿਵੇਂ ਹੁਣ ਵੀ ਠੀਕ ਆ ਛੋਟੇ ਛੋਟੇ ਵਰਡਸ ਇੰਗਲਿਸ਼ ਦੇ ਪਾ ਕੇ ਇੱਕ ਪੂਰਾ ਪੈਕ ਬਣਾ ਦਿੰਦਾ ਸੀ ਭਾਈ ਠੀਕ ਆ ਕੰਬੀਨੇਸ਼ਨ ਹੁੰਦਾ ਸੀਗਾ ਗਾਣਿਆਂ ਦਾ ਬੀਟਾਂ ਦੇ ਉੱਤੇ ਚਾਹੇ ਨਾ ਜਿਵੇਂ ਆਪਾਂ ਪਹਿਲਾਂ ਐਂ ਹੁੰਦਾ ਸੀ ਕਿਸੇ ਟਾਈਮ ਕਿ ਜਦੋਂ ਹਨੀ ਸਿੰਘ ਆਇਆ ਵਾ ਉਦੋਂ ਐਂ ਹੁੰਦਾ ਸੀ ਹਨੀ ਸਿੰਘ ਦਾ ਗਾਣਾ ਚਾਹੇ ਨਾ ਸੁਣੋ ਲਿਰਿਕਸ ਵੱਲ ਧਿਆਨ ਆ ਜਾਵੇ ਬੀਟ ਸੁਣ ਕੇ ਸਿਰ ਹਿੱਲਣ ਲੱਗ ਪੈਂਦਾ ਸਹੀ ਗੱਲ ਆ ਸਹੀ ਹੈ ਜਿਵੇਂ ਟੂ ਪਾਕ ਦਾ ਅੱਜ ਵੀ ਇੱਦਾਂ ਹੀ ਹੈ ਟੂ ਪਾਕ ਦਾ ਕੋਈ ਵੀ ਗਾਣਾ ਲਾ ਲਓ ਤੁਹਾਡਾ ਬੀਟ ਸੁਣ ਕੇ ਸਿਰ ਹਿੱਲਣ ਲੱਗ ਸਿੱਧੂ ਬਾਈ ਦਾ ਸੇਮ ਉਹੀ ਸੀਗਾ ਲਿਰਿਕਸ ਵੀ ਸਮਝ ਆਉਂਦੇ ਸੀ ਸਹੀ ਆ ਬੀਟਾਂ ਦੇ ਉੱਤੇ ਸਿਰ ਹਿੱਲਣ ਲੱਗ ਪੈਂਦਾ ਸੀਗਾ ਕਿ ਯਾਰ ਘੈਂਟ 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 ਆਪਣੇ ਮੱਲੋ ਮੱਲੀ ਬੰਦੇ ਦਾ ਨੱਚਣ ਨੂੰ ਦਿਲ ਕਰ ਲੈਂਦੇ ਗੱਡੀ ਚਲਾਉਣ ਦਾ ਸਵਾਦ ਆਉਣ ਲੱਗ ਜਾਂਦਾ ਏਦਾਂ ਦੀ ਚੀਜ਼ਾਂ ਨੇ ਨਾ ਤੁਹਾਨੂੰ ਮੈਂ ਅੱਜ ਦਾ ਐਕਸਪੀਰੀਅੰਸ ਦੱਸਦਾ ਇੱਕ ਐਕਸਪੀਰੀਅੰਸ ਨਹੀਂ ਮਤਲਬ ਅੱਜ ਦੀ ਗੱਲ ਆ ਮੈਂ ਨਾ ਇੱਕ ਸ਼ੋਪ ਤੇ ਗਿਆ ਕਿਤੇ ਤੇਜ਼ਾ ਰੁਕਿਆ ਮੈਂ ਉੱਥੇ ਇੱਕ ਬਜ਼ੁਰਗ ਆਂਟੀ ਬੈਠੀ ਗੱਲ ਤੁਰ ਪਈ ਚਲ ਉੱਥੇ ਟਾਈਮ ਲੱਗਣਾ ਸੀ ਸਮਾਨ ਲੈਣਾ ਸੀ ਕੁਛ ਟਾਈਮ ਲੱਗਣਾ ਸੀ ਉੱਥੇ ਚਲੋ ਗੱਲ ਕਰਦੇ ਕਰਦੇ ਨਾ ਉਹ ਆਪਦੇ ਮੁੰਡੇ ਦੀ ਗੱਲ ਕਰਦੇ ਸੀ ਫਿਰ ਉਹ ਫੋਨ 'ਤੇ ਉਹਨਾਂ ਨੇ ਜਦੋਂ ਲੋਕ ਦੱਬਿਆ ਮੂਸੇਵਾਲੇ ਦੀ ਫੋਟੋ ਲਾਈ ਮੈਂ ਕਿਹਾ ਆਂਟੀ ਤੁਸੀਂ ਸੁਣਦੇ ਹੋ ਕਹਿੰਦੀ ਪੁੱਤ ਮੈਂ ਉੱਦਾਂ ਨਹੀਂ ਕਹਿ ਸੁਣਿਆ ਜੀ ਅਤੇ ਜਿੱਦਣ ਦਾ ਹੈ ਨਾ ਕਹਿੰਦੇ ਉੱਦਣ ਤੋਂ ਬਾਅਦ ਕਹਿੰਦੀ ਮੈਂ ਰੋਜ਼ ਤੂੰ ਆਂਟੀ ਦੀ ਏਜ ਆਉਣੀ ਆ ਘੱਟੋ ਘੱਟ 60+ ਅਤੇ ਦੇ ਲੈ ਅਸੀਂ ਗੱਲ ਛੱਡੀ ਉੱਥੋਂ ਸਮਾਨ ਵੀ ਬਣ ਗਿਆ ਗੱਲ ਕਰਦੇ 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 ਅੱਧਾ ਘੰਟਾ ਪੌਣਾ ਘੰਟਾ ਘੰਟਾ ਹੋ ਗਿਆ ਜਰੂਰ ਚੈੱਕ ਕਰਿਓ ਵਲੌਗ ਸਪਲੈਂਡਰ ਤੇ ਉਹੀ ਚੀਜ਼ ਕਹੀ ਸੀ ਕਿ ਬਾਈ ਕਹਿ ਰਿਹਾ ਕਿ ਮੈਂ 5-10 ਵਾਰ ਪਹਿਲਾਂ ਵੀ ਬੋਲ ਚੁੱਕਿਆ ਜਸਟਿਸ ਵਾਲੀ ਗੱਲ ਤੇ ਉਹੀ ਚੀਜ਼ ਕਹੀ ਸੀ ਕਿ ਜਿੱਥੇ ਸਿੱਧੂ ਬਾਈ ਦੀ ਗੱਲ ਛੇੜ ਜਾਵੇ ਉੱਥੇ ਟਾਈਮ ਦਾ ਹੀ ਨਹੀਂ ਪਤਾ ਲੱਗਦਾ ਵੀ ਘੰਟਾ 2 ਘੰਟੇ ਕਿਵੇਂ ਨਿਕਲ ਗਏ ਸਾਨੂੰ ਨਹੀਂ ਪਤਾ ਲੱਗਦਾ ਸੀ ਵੀਡੀਓ ਬਣਾ ਲਾ ਜੇ ਕੈਮਰਾ ਉੱਧਰ ਹੁੰਦਾ ਠੀਕ ਹੈ ਸਕਰੀਨ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਟਾਈਮ ਦੀ ਵੀਡੀਓ ਨਾ ਅਸੀਂ ਟਾਈਮਰ ਵਗੈਰਾ ਲਾਉਂਦੇ ਉਹ ਤਾਂ ਜਦੋਂ ਬੰਦ ਕਰਦੇ ਹਾਂ ਵੀਡੀਓ ਦੇਖਦਾ ਉਹ 30 ਮਿੰਟ ਦੀ ਬਣ ਗਈ ਬਾਈ 35 ਮਿੰਟ ਦੀ ਬਣ ਗਈ ਫਿਰ ਅਸੀਂ ਕਰੋਪ ਵੀ ਨਹੀਂ ਕਰਦੇ ਕਿ ਯਾਰ ਗੱਲਾਂ ਸਾਰੀਆਂ ਕੰਮ ਦੀਆਂ ਹੁੰਦੀਆਂ ਨੇ ਠੀਕ ਆ ਸਾਥ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਸਿੱਧੂ ਬਾਈ ਬਾਰੇ ਗੱਲਾਂ ਠੀਕ ਆ ਜਾਂ ਤੁਸੀਂ ਵੀ ਆਪਣੀਆਂ ਗੱਲਾਂ ਰੱਖਣਾ ਚਾਹੁੰਦੇ ਹੋ ਕਮੈਂਟ ਦੇ ਵਿੱਚ ਫਿਰ ਕਰੋਪ ਕਰੂਪ ਕਰਦੇ ਨੇ ਜਿੱਡੀ ਵੀਡੀਓ ਹੁੰਦੀ ਐਜ਼ ਇਟ ਇਜ਼ ਉਦਾਂ ਹੀ ਪਾਉਂਦੇ ਤੁਸੀਂ ਦੇਖ ਹੀ ਸਕਦੇ ਹੋ ਕਿ ਵੀਡੀਓ ਦੇ ਵਿੱਚ ਕੱਟ ਵਗੈਰਾ ਨਹੀਂ ਹੁੰਦੇ ਕੱਟ ਹੁੰਦਾ ਵਾ ਇੱਕ ਜਦੋਂ ਆਹ ਜਾਂ ਸਾਰੇ ਭਰਾਵਾਂ ਭੈਣਾਂ ਨੂੰ ਬੇਨਤੀ ਆ ਕਿ ਜਦੋਂ ਤੁਸੀਂ ਇੰਟਰੋ ਦੇਖਦੇ ਹੋ ਨਾ ਜਾਂ ਇੰਟਰੋ ਸੱਚ ਇੰਟਰੋ ਨਹੀਂ ਦੇਖਦੇ ਯਾਰ ਤੁਸੀਂ ਇੰਟਰੋ ਜ਼ਰੂਰ ਦੇਖਿਆ ਕਰੋ ਪਤਾ ਕਿਉਂ ਕਿਉਂਕਿ ਇੰਟਰੋ ਦੇ ਵਿੱਚ ਅਸੀਂ ਪਾਉਂਦੇ ਹਾਂ ਇੰਸਟਾਗ੍ਰਾਮ ਦਾ ਜਿਹੜਾ ਚੈਨਲ ਦਾ ਹੀ ਆ ਰਿਐਕਟ ਆ ਬੜਾ ਕਈ ਭਰਾ ਭੈਣ ਨਾ ਕਮੈਂਟ ਕਰਦੇ ਆ ਫਿਰ ਕਿ ਤੁਹਾਡਾ ਇੰਸਟਾਗ੍ਰਾਮ ਕੀ ਆ ਚੈਨਲ ਦਾ ਵੀ ਤੁਹਾਨੂੰ ਮਿਲਿਆ ਨਹੀਂ ਆ ਤੁਸੀਂ ਦੱਸਿਆ ਕਰੋ ਜਾਂ ਕੁਛ ਨਾ ਅਸੀਂ ਡਿਸਕ੍ਰਿਪਸ਼ਨ 'ਚ ਵੀ ਲਿੰਕ ਪਾਉਂਦੇ ਹਾਂ ਅਤੇ ਇੰਟਰੋ ਦੇ ਵਿੱਚ ਵੀ ਨਾਮ ਦੱਸਦੇ ਹਾਂ ਰਿਐਕਟ ਹੱਬ ਅੰਡਰਸਕੋਰ ਰਿਐਕਟ ਅੰਡਰਸਕੋਰ ਹੱਬ ਅਤੇ 22 ਜ਼ਰੂਰ ਚੈੱਕ ਕਰਿਆ ਕਰੋ ਯਾਰ ਠੀਕ ਆ ਬੜੀਆਂ ਚੀਜ਼ਾਂ ਨੇ ਜਿਹੜੇ ਸਕਿੱਪ ਕਰ ਦਿੰਦੇ ਹੈਸ਼ਟੈਗਸ ਅਸੀਂ ਉਹ 'ਚ ਗਾਣੇ ਨਹੀਂ ਬੋਲਦੇ ਇਕੱਲਾ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਵੈਲਕਮ ਸਵਾਗਤ ਆ ਠੀਕ ਆ ਬਸ ਨਾਮ ਦੱਸ ਕੇ ਚਲੋ ਵੱਧਦਿਆਂ ਵੀਡੀਓ ਵਾਲੇ ਗਾਣੇ ਦਾ ਨਾਮ ਦੱਸ ਕੇ ਨਹੀਂ ਇੰਟਰੋ ਦੇ ਵਿੱਚ ਵੀ ਅਸੀਂ ਕਈ ਵਾਰ 10 ਮਿੰਟ ਦੀ 5 ਮਿੰਟ ਦੀ ਇੰਟਰੋ ਬਣ ਜਾਂਦੀ ਹੈ ਜਿਸ 'ਚ ਅਸੀਂ ਗੱਲਾਂ ਕੰਮ ਦੀਆਂ ਹੁੰਦੀਆਂ ਨੇ ਜ਼ਰੂਰ ਦੇਖਿਆ ਕਰੋ ਸਹੀ ਹੈ ਇੰਟਰੋ ਅਤੇ ਬਾਕੀ ਹੈਸ਼ਟੈਗ ਜ਼ਰੂਰ ਯੂਜ਼ ਕਰਿਓ ਵੱਧ ਤੋਂ ਵੱਧ ਅਤੇ ਕਮੈਂਟਾਂ 'ਚ ਵੀ ਇਹੀ ਲਿਖਣਾ ਵੀ ਵਾਂਟ ਜਸਟਿਸ ਐਂਡ ਜਸਟਿਸ ਫੋਰ ਸਿੱਧੂ ਮੂਸੇਵਾਲਾ ਅਵਾਇਡ ਫੇਕ ਨਿਊਜ਼ ਐਂਡ ਮੀਡੀਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਘੰਟੀ ਵਾਲਾ ਬਟਨ ਨਾ ਵੀ ਦੱਬਿਓ ਕੋਈ ਚੱਕਰ ਨਹੀਂ ਅਡੀਓਜ਼ ਅਮੀਗੋ।